சாதர்த்த பை ஹரியாவளி ஜித்தே மேரா சத்குரு பேட்டா ஜாயி ஸேஜந்த பை. ਹਾਂਜੀ ਦੋਸਤੋ, ਕੀ ਹਾਲ ਚਾਲ ਜੀ? ਆਪਾਂ ਅੱਜ ਜਾ ਰਹੇ ਸੀ ਕਿਸੇ ਲੋਕੇਸ਼ਨ 'ਤੇ, ਤੁਹਾਨੂੰ ਦੱਸਾਂਗੇ ਅੱਗੇ ਜਾ ਕੇ. ਅਤੇ ਹਾਈਵੇ 'ਤੇ ਇੱਥੇ ਰਸਤੇ ਸਾਨੂੰ ਬਹੁਤ ਵਧੀਆ ਵਿਊ ਮਿਲਿਆ. ਦੇਖੋ ਸਤਸੰਗ ਘਰ ਹੈ, ਬਹੁਤ ਵਧੀਆ ਸਤਸੰਗ ਘਰ ਮਿਲਿਆ. ਉੱਤਰ ਕੇ ਦਿਖਾਉਂਦੇ ਤੁਹਾਨੂੰ. ਆਹ ਦੇਖੋ ਦੋਸਤੋ, ਇੱਥੋਂ ਇਹ ਫਲਾਈਓਵਰ ਜਿਹਾ ਬਹੁਤ ਵਧੀਆ ਵਿਊ ਮਿਲਦਾ ਇੱਥੋਂ. ਸਤਸੰਗ ਘਰ ਉੱਤੋਂ ਦੇਖ ਰਿਹਾ ਵਾ, ਬਹੁਤ ਵਧੀਆ. ਚਾਰੋਂ ਸਵੇਰੇ ਹਰਿਆਲੀ ਹਰਿਆਲੀ ਖੇਤਾਂ ਵਿੱਚ ਆ. ਇਹ ਰਸਤਾ ਜਾਂਦਾ ਦੋਸਤੋ ਸਿੱਧਾ ਮੋਗੇ ਨੂੰ, ਮਤਲਬ ਕਾਫੀ ਦੂਰ ਹੈ ਇੱਥੋਂ ਮੋਗਾ. ਅਤੇ ਉਹ ਦੇਖੋ ਅੱਛਾ ਥੱਲੇ ਵੀ ਆ. ਇਹ ਵੀ ਦੇਖ ਲਓ ਕਿੰਨਾ ਖੂਬਸੂਰਤ ਆ ਇੱਦਾਂ ਨੂੰ ਹਾਈਵੇ, ਬਹੁਤ ਟੌਪ ਦਾ. ਹਾਂਜੀ ਦੋਸਤੋ, ਵੈਲਕਮ ਬੈਕ. ਕੀ ਹਾਲ ਚਾਲ ਸਾਰਿਆਂ ਦਾ? ਦੋਸਤੋ ਅੱਜ ਆਪਾਂ ਜਾ ਰਹੇ ਹਾਂ, ਇਹ ਅੱਜ ਦਾ ਇੱਕ ਹੋਰ ਲੋਕੇਸ਼ਨ ਵਲੋਗ ਹੋਊਗਾ. ਅੱਜ ਆਪਾਂ ਜਾ ਰਹੇ ਹਾਂ ਮੋਗਾ, ਜਿੱਥੇ ਤੁਹਾਨੂੰ ਪਤਾ ਸ਼ਾਇਦ ਇੱਕ ਮਹੀਨਾ ਹੋ ਗਿਆ, ਕੁਛ ਦਿਨ ਪਹਿਲਾਂ ਬਾਬਾ ਜੀ ਆਏ ਸੀਗੇ. ਇੱਕ ਲੋਕੇਸ਼ਨ ਆ, ਇੱਕ ਗੁਰਦੁਆਰਾ ਸਾਹਿਬ ਆ, ਉੱਥੇ ਜਾ ਕੇ ਹੀ ਦੱਸਾਂਗੇ ਤੁਹਾਨੂੰ ਕਿਹੜੀ ਉਹ ਲੋਕੇਸ਼ਨ ਸੀਗੀ. ਅਤੇ ਉੱਥੇ ਦੀ ਇੱਕ ਵੀਡੀਓ ਵੀ ਵਾਇਰਲ ਹੋਈ ਸੀਗੀ. ਆਲਰੇਡੀ ਸਾਰਿਆਂ ਨੂੰ ਪਤਾ ਵਾ ਕਿ ਉੱਥੇ ਬਾਬਾ ਜੀ ਆਏ ਸੀਗੇ, ਕਾਫੀ ਸੋਸ਼ਲ ਮੀਡੀਆ ਹੈਂਡਲ 'ਤੇ ਵੀਡੀਓਜ਼ ਵਾਇਰਲ ਹੋਈਆਂ ਸੀਗੀਆਂ. ਤਾਂ ਮਿਲਦਾ ਫਿਰ ਜਾ ਕੇ ਇਸ ਵੀਡੀਓ ਨਾਲ ਮਾਹੌਲ ਬਣੂਗਾ. ਸੁਪੋਜ਼ 15 ਮਿੰਟ ਦੀ ਵੀਡੀਓ ਆ, ਆਪਾਂ ਨਾਲ ਨਾਲ ਜੇ ਸਿਮਨ ਵੀ ਕਰਾਂਗੇ, ਸਾਡਾ ਜੋ ਮਾਇੰਡ ਆ ਸੋਸ਼ਲ ਮੀਡੀਆ ਤੋਂ ਬਹੁਤ ਤਰ੍ਹਾਂ ਦਾ ਕੰਟੈਂਟ ਆ, ਉੱਥੋਂ ਨਿਕਲ ਕੇ ਚੰਗੇ ਪਾਸੇ ਆ ਸਕਦਾ ਵਾ, ਮਾਹੌਲ ਬਣੂਗਾ. ਇਹਦਾ ਇਹ ਬੈਨੀਫਿਟ ਆ ਇਹ ਜੀ ਆਪਣੀ ਵੀਡੀਓਜ਼ ਦਾ. ਤਾਂ ਮਿਲਦੇ ਹਾਂ ਫਿਰ ਜਾ ਕੇ. ਤਾਂ ਦੋਸਤੋ ਰਸਤੇ 'ਚ ਹੀ ਆ ਬਈ ਮੋਗਾ, ਉੱਧਰ ਨੂੰ ਉਸ ਸਾਈਡ. ਤਾਂ ਇਹ ਬਾਰ ਬਾਰ ਦੀ ਹਾਈਵੇ 'ਤੇ ਦੂਜਾ ਹੀ ਹਾਈਵੇ ਹੈ ਨਾਲ ਦਾ ਇੱਕ, ਹੁਣ ਆਊਗਾ ਦੋਧਰ ਮੋਗਾ. ਦੋਧਰ ਆ ਕੁਛ ਜਗ੍ਹਾ ਦਾ ਨਾਮ, ਉੱਥੇ ਗੁਰਦੁਆਰਾ ਸਾਹਿਬ ਆ, ਹੁਣ ਤੁਹਾਨੂੰ ਯਾਦ ਆ ਗਿਆ ਹੋਣਾ. ਦੋਸਤੋ ਬਹੁਤ ਦੂਰ ਆ ਬਈ ਮੋਗਾ, ਉਸ ਸਾਈਡ ਰਹਿੰਦਾ ਵਾ. ਹੁਣ ਆਪਾਂ ਅੱਗੇ ਜਾ ਰਹੇ ਹਾਂ, ਸਾਈਡ ਤੋਂ ਇੱਕ ਹਾਈਵੇ ਆ ਉੱਧਰ. ਤੁਹਾਨੂੰ ਪਤਾ ਮੋਗਾ ਵੀ ਆਪਾਂ ਕਈ ਵਾਰ ਆ ਚੁੱਕੇ ਹਾਂ. ਬਾਬਾ ਜੀ ਦਾ ਸਕੂਲ, ਉਹ ਬਾਬਾ ਜੀ ਦਾ ਘਰ ਦਿਖਾਇਆ ਸੀ ਆਪਾਂ ਨੇ, ਕੋਠੀ ਪੁਰਾਣੀ ਬਹੁਤ ਜ਼ਿਆਦਾ. ਉਹਦੇ 2 ਵਲੌਗ ਆ ਚੁੱਕੇ ਆ, ਵੈਸੇ 3 ਆ ਚੁੱਕੇ ਆ, ਕਾਫੀ ਵਾਇਰਲ ਹੋਏ ਸੀ, ਕਾਫੀ ਦੋਸਤਾਂ ਨੇ ਉਸ ਵੀਡੀਓ ਨੂੰ ਪਿਆਰ ਦਿੱਤਾ ਸੀ. ਅਤੇ ਉਸ ਸਾਈਡ ਆ ਵੀ ਕਿਸੇ ਦਿਨ ਫਿਰ ਜਾਵਾਂਗੇ ਆਪਾਂ. ਇੱਕ ਹੋਰ ਉੱਥੇ ਲੋਕੇਸ਼ਨ ਆ, ਬਾਕੀ ਦੋਸਤੋ ਉੱਥੇ ਜਾ ਕੇ ਨਾ ਲੋਕੇਸ਼ਨ ਦਿਖਾਵਾਂਗੇ. ਅਤੇ ਹੋਰ ਵੀ ਜੋ ਉਸ ਨਾਲ ਰਿਲੇਟਿਡ ਇਤਿਹਾਸ ਆ ਨਾ, ਉਹ ਵੀ ਤੁਹਾਨੂੰ ਦੱਸਾਂਗੇ. ਕੋਸ਼ਿਸ਼ ਕਰੂੰਗਾ ਹੋਰ ਜ਼ਿਆਦਾ ਕਿਸੇ ਨਾਲ ਗੱਲ ਕਰਾਉਣ ਦੀ ਵੀ, ਤਾਂ ਕਿ ਮੋਰ ਬੈਟਰ ਸਾਨੂੰ ਇਨਫੋਰਮੇਸ਼ਨ ਮਿਲ ਸਕੇ. ਦੇਖੋ ਇੱਥੇ ਸਤਸੰਗ ਸੈਂਟਰ ਵੀ ਆ, ਤਾਂ ਇੱਥੋਂ ਦੇ ਕਿਹੜੇ ਦੋਸਤ ਨੇ ਦੱਸ ਸਕਦਾ ਜੀ? ਦੋਧਰ ਸ਼ਾਕਰੀ ਸ਼ਕਰੀ ਸ਼ਰਕੀ ਨਾਮ ਕਿਹੋ ਜਿਹੇ ਨੇ ਨਾ ਪੁੱਠੇ ਜੇ. ਤਾਂ ਦੋਸਤੋ ਇਹ ਲੈਫਟ ਹੈਂਡ ਸਾਈਡ ਮੁੜ ਗਿਆ ਮੈਂ, ਬੋਰਡ ਦਾ ਵੀ ਇੱਥੇ ਦਾ ਮਾਰ ਕਰ ਰਿਹਾ ਸੀਗਾ, ਲੋਕੇਸ਼ਨ ਲਾਈ ਹੋਈ ਆਪਾਂ ਨੇ. ਆਸ ਪਾਸ ਖੇਤ ਨੇ, ਬਹੁਤ ਵਧੀਆ ਰਸਤਾ ਸ਼ਾਂਤੀ ਵਾਲਾ. ਤਾਂ ਜੀ ਇੱਕ ਇਹ ਗਾਂਵ ਆ ਗਿਆ, ਮੈਨੇ ਸੋਚਿਆ ਜੋ ਪੰਜਾਬ ਕੇ ਬਾਹਰ ਸੇ ਦੋਸਤ ਹੈ ਉਨਕੋ ਵੀ, ਜੈਸੇ ਹਰ ਵਾਰ ਕੀ ਤਰ੍ਹਾਂ ਵੋ ਦੇਖਤੇ ਹੈ ਪੰਜਾਬ ਕੇ ਵਿਲੇਜਸ, ਤੋ ਲੇਕਿਨ ਮੇਰੇ ਖਿਆਲ ਸੇ ਇੱਕ ਹੀ ਜੈਸੇ ਵਿਲੇਜ ਹੋਤੇ ਹੈ ਪੂਰੇ ਇੰਡੀਆ ਮੇਂ. ਵਿਲੇਜਸ ਕੁਛ ਚੇਂਜ ਕਿਆ ਆਪਕੋ ਦਿਖਨੇ ਮੇਂ ਮਿਲਾ ਇਸਕੋ, ਜੋ ਆਪਕੇ ਵਹਾਂ ਪੇ ਜੈਸੇ ਯੂਪੀ ਮੇਂ ਯਾ ਹਰਿਆਣਾ ਮੇਂ ਜੋ.
ਰਿਹਾ ਦੋਸਤੋ ਇਹ ਇਸ ਪਿੰਡ ਵਿੱਚ ਹੀ ਹੈ ਗੁਰਦੁਆਰਾ ਸਾਹਿਬ ਦੋਦਰ ਸ਼ਾਇਦ ਇਹੀ ਪਿੰਡ ਹੈ ਦੋਦਰ ਦੋਸਤੋ ਇਹ ਆ ਜੀ ਗੁਰਦੁਆਰਾ ਸਾਹਿਬ ਮੈਂ ਕਿਸੇ ਤੋਂ ਪੁੱਛਿਆ ਪਾਰਕਿੰਗ ਪਹਿਲਾਂ ਉੱਧਰ ਚਲੇ ਗਿਆ ਸੀ ਮੈਂ ਫਿਰ ਕਹਿੰਦੇ ਪਾਰਕਿੰਗ ਘੁੰਮ ਕੇ ਆ ਤੁਸੀਂ ਬਾਹਰੋਂ ਬਾਹਰੋਂ ਦੇਖ ਸਕਦੇ ਹੋ ਫਿਲਹਾਲ ਬਾਕੀ ਅੰਦਰ ਚੱਲਦੇ ਹਾਂ ਆਪਾਂ ਆ ਸੰਗਤ ਕੁਛ ਮੇਰੇ ਖਿਆਲ ਨਾਲ ਇਹ ਇੱਥੋਂ ਹੀ ਗਈ ਹੈ ਕੁਛ ਸੰਗਤ ਦੋਸਤੋ ਦੇਖ ਸਕਦੇ ਹੋ ਤੁਸੀਂ ਅੰਦਰ ਆ ਗਏ ਆਪਾਂ ਬੂਟ ਇੱਥੇ ਵੀ ਉਤਾਰ ਸਕਦੇ ਉੱਥੇ ਵੀ ਸੀਗਾ ਦੇਖੋ ਕਿੰਨਾ ਵਧੀਆ ਸੰਗਤ ਆਈ ਹੋਈ ਹੈ ਕੁਛ ਗੱਡੀਆਂ ਖੜੀਆਂ ਸੀ ਬਾਹਰ ਦੋਸਤੋ ਇਹ ਇੱਕ ਪੀਰਾਂ ਦੀ ਜਗ੍ਹਾ ਜੀ ਦੋ ਤਿੰਨ ਬਜ਼ੁਰਗਾਂ ਨਾਲ ਅੱਗੇ ਗੱਲ ਕਰਕੇ ਪਤਾ ਲੱਗਿਆ ਅਤੇ ਪੀਰਾਂ ਨਾਲ ਤਾਂ ਸਾਡੀ ਪੁਰਾਣੀ ਜਾਰੀ ਹੈ ਜੀ ਦੋਸਤੀ ਹੈ ਇੱਕ ਪੀਰਾਂ ਨਾਲ ਬਹੁਤ ਐਕਸਪੀਰੀਅੰਸ ਰਹਿ ਚੁੱਕਿਆ ਮੈਨੂੰ ਇੱਕ ਵਾਰ ਮੈਂ 2 ਸਾਲ ਪਹਿਲਾਂ ਵੀਡੀਓ ਵੀ ਬਣਾਈ ਸੀ ਬਾਕੀ ਤੁਸੀਂ ਮਾਹੌਲ ਦੇਖ ਸਕਦੇ ਹੋ ਇੱਥੇ ਕਿੰਨੀ ਸਾਫ਼ ਸਫਾਈ ਆ ਸ਼ਾਂਤੀ ਬਹੁਤ ਜ਼ਿਆਦਾ ਵਾ ਬਹੁਤ ਵਧੀਆ ਲੱਗਿਆ ਸੀ ਮੈਨੂੰ ਇੱਥੇ ਜਾ ਕੇ ਤੁਸੀਂ ਵੀ ਇੱਥੇ ਆ ਸਕਦੇ ਹੋ ਜੀ ਜਿਹੜੇ ਦੋਸਤ ਆਪਣੇ ਇਸ ਜਗ੍ਹਾ ਦੇ ਆਸ ਪਾਸ ਰਹਿੰਦੇ ਨੇ ਉਹ ਤਾਂ ਆ ਸਕਦੇ ਆ ਈਜ਼ਲੀ ਤੁਹਾਨੂੰ ਬਹੁਤ ਸ਼ਾਂਤੀ ਮਿਲੂਗੀ ਇੱਥੇ ਆ ਕੇ ਜੋ ਇੱਥੇ ਸੰਤ ਜੀ ਹੈਗੇ ਨੇ ਉਹਨਾਂ ਨੂੰ ਮਿਲਣ ਆਏ ਸੀ ਬਾਬਾ ਜੀ ਦੋਸਤੋ ਮੇਰੀ ਗੱਲ ਹੋਈ ਸੀ ਇਹ ਪੀਰਾਂ ਦੀ ਜਗ੍ਹਾ ਵਾ ਇੱਕ ਇਹ ਜਗ੍ਹਾ ਵਾ ਇੱਕ ਉਹ ਜਗ੍ਹਾ ਅਤੇ ਉੱਥੇ ਜਾ ਕੇ ਗੁਰਦੁਆਰਾ ਵਾ ਪੁੱਛਿਆ ਮੈਂ ਗੁਰਦੁਆਰਾ ਵਧੀਆ ਗੁਰਦੁਆਰਾ ਬਹੁਤ ਵਧੀਆ ਦੋਸਤੋ ਇਹ ਸੀ ਉਹ ਗੇਟ ਇਹ ਉਹ ਜਗ੍ਹਾ ਸੀਗੀ ਜਿੱਥੇ ਬਾਬਾ ਜੀ ਦੀ ਉਹ ਇੱਥੇ ਕਹਿੰਦੇ ਹੁਣੇ ਮੇਰੀ ਇੱਕ ਹੋਰ ਭਾਈ ਸਾਹਿਬ ਨਾਲ ਗੱਲ ਹੋਈ ਆ ਉਹਨਾਂ ਨੇ ਦੱਸਿਆ ਕਿ ਬਹੁਤ ਮਤਲਬ ਕਹਿੰਦੇ ਉਹ ਅਣਗਿਣਤ ਸੀ ਕਹਿੰਦੇ ਸੰਗਤ ਜਦ ਇੱਥੇ ਬਾਬਾ ਜੀ ਆਏ ਸੀ ਡੇਰੇ ਵਾਸਤੋਂ ਕੁਛ ਦਿਨੇ ਹੋਏ ਨੇ ਤੁਹਾਨੂੰ ਪਤਾ ਉਹ ਜਿਹੜੀ ਵੀਡੀਓ ਤੁਸੀਂ ਦੇਖੀ ਉਹਨੂੰ ਇਹ ਗੇਟ ਦੀ ਹੈਗੀ ਆ ਉਹ ਵੀਡੀਓ ਬਾਕੀ ਹੁਣ ਤੁਹਾਨੂੰ ਰਿਵਿਊ ਤਾਂ ਹੋਏ ਰਿਵਿਊ ਦਿੰਦਾ ਚੰਗੀ ਤਰ੍ਹਾਂ ਅੱਗੇ ਕਿਤੇ ਜਾ ਕੇ ਖਾਲੀ ਜਗ੍ਹਾ 'ਤੇ ਪਿੱਛੇ ਇੱਥੇ ਟ੍ਰੈਫਿਕ ਮਤਲਬ ਗੱਡੀ ਆ ਰਹੀ ਹੈ ਇੱਕ
ਤਾਂ ਦੋਸਤੋ ਮੈਂ ਅੰਦਰ ਜਦੋਂ ਗਿਆ, ਤੁਸੀਂ ਕੁਛ ਜੋ ਸਾਰੀ ਵੀਡੀਓਜ਼ ਨਹੀਂ ਬਣਾ ਸਕਦੇ ਸੀ ਦੋਸਤੋ, ਜੋ ਪਹਿਲਾਂ ਯੂਟਿਊਬ 'ਤੇ ਜਾਂ ਸੋਸ਼ਲ ਮੀਡੀਆ 'ਤੇ ਹੈਗੀਆਂ ਨੇ ਇਸ ਜਗ੍ਹਾ ਦੀਆਂ, ਸਿਰਫ ਆਪਾਂ ਨੇ ਉਹ ਤੋਂ ਵੀ ਘੱਟ ਬਣਾਈ ਆ। ਬਾਕੀ ਦੋਸਤੋ ਬਹੁਤ ਵਧੀਆ ਲੱਗੇ, ਅੰਦਰੋਂ ਸਾਫ਼ ਸਫਾਈ ਬਹੁਤ ਜ਼ਿਆਦਾ ਸੀ ਅਤੇ ਮੱਥਾ ਟੇਕਣ ਵਾਲੀ ਜਗ੍ਹਾ, ਤਿੰਨ ਚਾਰ ਮੱਥਾ ਟੇਕਣ ਵਾਲੀ ਜਗ੍ਹਾ ਸੀਗੀਆਂ। ਇਹ ਜੋ ਪਹਿਲਾਂ ਜੋ ਜਗ੍ਹਾ ਜਿੱਥੇ ਮੈਂ ਗਿਆ ਸੀ ਉਹ ਪੀਰਾਂ ਦੀ ਜਗ੍ਹਾ ਸੀਗੀ, ਉਹਨਾਂ ਬਾਰੇ ਵੀ ਕੁਛ ਉਹਨਾਂ ਨੇ ਦੱਸਿਆ ਸੀਗਾ ਕਿ ਉੱਥੇ ਜੋ ਪਹਿਲਾਂ ਹੁੰਦੇ ਸੀਗੇ ਸੰਤ ਜੀ, ਹੈ ਨਾ। ਅਤੇ ਉਸ ਤੋਂ ਬਾਅਦ ਇੱਕ ਜੋ ਗੁਰਦੁਆਰਾ ਤੁਸੀਂ ਦੇਖਿਆ ਉਹ ਵੀ ਬਹੁਤ ਵਧੀਆ ਲੱਗਿਆ, ਮਨ ਨੂੰ ਸਕੂਨ ਜਿਹਾ ਮਿਲਿਆ। ਅਤੇ ਉੱਥੇ ਵੀ ਗੱਲ ਹੋਈ ਸੀ ਇੱਕ ਅੰਕਲ ਜੀ ਨਾਲ। ਅਤੇ ਦੋਸਤੋ ਜਦੋਂ ਬਾਬਾ ਜੀ ਇੱਥੇ ਆਏ ਸੀਗੇ, ਉਹ ਜਿਹੜਾ ਗੇਟ ਤੁਹਾਨੂੰ ਦਿਖਾਇਆ ਉਹ ਤੁਸੀਂ ਦੇਖਿਆ ਹੋਣਾ, ਕਾਫੀ ਸੰਗਤ ਹੋ ਗਈ ਸੀ ਜਿਵੇਂ ਮੈਂ ਤੁਹਾਨੂੰ ਦੱਸਿਆ। ਬਾਕੀ ਹੁਣ ਇੱਥੇ ਹੈਗੇ ਨੇ ਸੰਤ ਅਰਜਨ ਜੀ, ਉਸ ਤੋਂ ਉਹਨਾਂ ਤੋਂ ਪਹਿਲਾਂ ਸੰਤ ਰਾਮ ਸਿੰਘ ਜੀ ਸੀਗੇ ਇੱਥੇ। ਬਾਕੀ ਮੈਨੂੰ ਜ਼ਿਆਦਾ ਨਹੀਂ ਪਤਾ ਦੋਸਤੋ ਇਤਿਹਾਸ ਬਾਰੇ, ਇੱਥੇ ਦਾ ਕੀ ਇਤਿਹਾਸ ਆ। ਜਿਹੜੇ ਵੀਰ ਨੂੰ ਪਤਾ ਵਾ ਆਸ ਪਾਸ ਦੇ ਨੂੰ, ਜੋ ਇਸ ਜਗ੍ਹਾ ਦੇ ਆਸ ਪਾਸ ਰਹਿੰਦਾ ਵਾ ਜਾਂ ਜੋ ਇੱਥੇ ਦੀ ਜੋ ਸੰਗਤ ਸਾਨੂੰ ਦੇਖ ਰਹੀ ਆ, ਉਹ ਦੱਸ ਸਕਦਾ ਕਮੈਂਟ ਕਰਕੇ, ਮੈਂ ਕਮੈਂਟ ਪਿੰਨ ਕਰ ਦੂੰਗਾ। ਤਾਂ ਜੀ ਬਸ ਇਹ ਸੀ ਅੱਜ ਦਾ ਵਲੋਗ, ਕਿਵੇਂ ਲੱਗਿਆ ਤੁਹਾਨੂੰ ਤੁਸੀਂ ਦੱਸ ਸਕਦੇ ਹੋ। ਟੇਕ ਕੇਅਰ, ਬਾਏ ਬਾਏ। ਦੋਸਤੋ ਇੱਥੇ ਮੈਂ ਜਿੱਥੇ ਵੀ ਖੇਤਾਂ ਖੁੱਤਾਂ 'ਚ ਜਾਂ ਰੋਕ ਕੇ ਜਾਂ ਕਿਤੇ ਵੀ ਵੀਡੀਓ ਬਣਾਉਂਦਾ ਨਾ, ਇੱਕ ਮਤਲਬ ਜੋ ਵੀ ਉੱਥੇ ਮੌਜੂਦ ਹੁੰਦਾ ਨਾ ਮੈਨੂੰ ਮਤਲਬ ਦੇਖਣਾ ਸ਼ੁਰੂ ਕਰ ਦਿੰਦੇ ਉਹ, ਕਿਉਂਕਿ ਉਹਨਾਂ ਨੂੰ ਲੱਗਦਾ ਪਤਾ ਨਹੀਂ ਜਿੱਦਾਂ ਕੀ ਹੋ ਗਿਆ ਨਾ, ਬਈ ਮਤਲਬ ਕਿਤੇ ਸਾਨੂੰ ਕਿਤੇ ਮਿਲਣ ਆਇਆ ਜਾਂ ਪਤਾ ਨਹੀਂ ਕੁਛ, ਕੋਈ ਸਰਕਾਰੀ ਬੰਦਾ ਕੁਛ ਇੱਦਾਂ ਉਹ ਸੋਚ ਲੈਂਦੇ ਹੋਣਗੇ ਮੇਰੇ ਖਿਆਲ ਨਾਲ। ਜਿਸ ਪ੍ਰਕਾਰ ਨਾਲ ਕਈ ਵਾਰ ਮੈਂ ਐਂਗਲ ਉਂਗਲ ਸ਼ਾਰਟ ਸ਼ੂਟ ਵੀ ਲੈਣੇ ਹੁੰਦੇ ਜਾਂ ਕੁਛ ਐਕਸਪਲੇਨ ਵੀ ਕਰਨਾ ਹੁੰਦਾ, ਕਈ ਵਾਰ ਹੋਇਆ ਮੇਰੇ ਨਾਲ। ਅਤੇ ਯਾਰ ਇੱਕ ਦੋ ਜਗ੍ਹਾ, ਕਿਹੜੀ ਜਗ੍ਹਾ ਸੀ ਉਹ ਜਿਹੜਾ ਉੱਥੇ ਕਾਨਾ ਡੇਸੀ ਇੱਕ ਵਾਰ ਗਏ ਸੀ, ਉੱਥੇ ਵੀ ਮੈਨੂੰ ਪੁੱਛ ਰਹੇ ਸੀਗੇ ਬਈ ਕਿੱਦਾਂ ਮੁੱਛਾਂ ਬੜੀਆਂ ਖਤਰਨਾਕ ਰੱਖੀਆਂ। ਉਹ ਮਤਲਬ ਪੁਲਿਸ ਵਿੱਚ ਸੀਗੇ ਨਾ ਜਿੱਦਾਂ ਕੋਈ, ਫਿਰ ਉਹ ਗਾਰਡ ਗੂਡ ਸੀਗੇ, ਉਹਨਾਂ ਦੇ ਹੱਥਾਂ 'ਚ ਸਟੇਨ ਗਨ ਫੜੀ ਹੋਈ ਸੀ। ਉਹ ਮੈਨੂੰ ਪੁੱਛ ਰਹੇ, ਉਹਨੂੰ ਲੱਗਿਆ ਆਰਮੀ 'ਚ, ਕਹਿੰਦੇ ਆਰਮੀ ਵਿੱਚ। ਮੈਂ ਕਿਹਾ ਨਹੀਂ ਨਹੀਂ ਭਾਅ ਜੀ, ਆਰਮੀ ਵਿੱਚ ਤਾਂ ਚਲੋ ਆਪਣਾ ਸਾਰਾ ਬੈਕਗਰਾਊਂਡ ਹੀ ਆਰਮੀ ਵਿੱਚ ਸੀਗਾ। ਮੈਂ ਕਹਿਣ ਲੱਗੇ ਤਾਂ ਮੈਂ ਕਿਹਾ ਚਲ ਛੱਡੋ ਯਾਰ, ਹੈ ਨਾ। ਵੈਸੇ ਗੱਲ ਤਾਂ ਉਹ ਸਹੀ ਕਹਿ ਰਿਹਾ ਸੀਗਾ, ਅੱਜ ਤੱਕ ਮੈਂ ਜਿਵੇਂ ਬਚਪਨ ਤੋਂ ਹੀ ਆਰਮੀ ਵਿੱਚ ਹੀ ਸਾਰਾ ਜੀਵਨ, ਅੱਧਾ ਜੀਵਨ ਮੇਰਾ ਗੁਜ਼ਰਿਆ ਵਾ। ਜੇ ਕਈ ਵਾਰ ਆਰਮੀ ਔਫਿਸਰ ਸੀਗੇ ਉਹ ਜਾਂ ਦੂਜੇ ਸਪੋਰਟਸਮੈਨ ਆਰਮੀ ਵਾਲੇ, ਜਿਹੜੀ ਯੂਨਿਟਾਂ ਹੁੰਦੀਆਂ ਨੇ ਉਹਨਾਂ ਵਿੱਚ ਹੀ ਰਹੇ ਹਾਂ। ਮਤਲਬ ਇੱਕ ਤਰ੍ਹਾਂ ਦਾ ਉਹ ਪਹਿਚਾਣ ਗਿਆ ਸੀਗਾ। ਮੈਂ ਉਹਨੂੰ ਕਹਿਣ ਵਾਲਾ ਸੀ ਵੀ ਮੈਂ ਤਾਂ ਨਹੀਂ ਹੈਗਾ ਆਰਮੀ ਵਿੱਚ, ਮੈਨੂੰ ਛੱਡ ਕੇ ਜਿੰਨੇ ਵੀ ਆਪਣੇ ਘਰ ਵਿੱਚ ਫੈਮਿਲੀ ਨੇ ਸਾਰੇ ਆਰਮੀ ਵਿੱਚ ਸੀ। ਚਲੋ ਕੋਈ ਗੱਲ ਨਹੀਂ, ਇਹ ਉੱਦਾਂ ਐਕਸਪੀਰੀਅੰਸ ਮੈਂ ਸੋਚਿਆ ਸ਼ੇਅਰ ਕੀਤਾ ਜਾਵੇ। ਦੋਸਤੋ 11ਵੀਂ ਵਾਲੇ ਸੰਤ ਕਹਿੰਦੇ ਉਹਨਾਂ ਨੂੰ, 11ਵੀਂ ਵਾਲੇ। ਅਤੇ ਹੁਣ ਅੱਗੇ ਜਾ ਕੇ ਲੈਫਟ ਹੈਂਡ ਸਾਈਡ ਆਊਗਾ ਮੋਗਾ, ਜਾਈਏ ਕਿ ਨਾ ਜਾਈਏ। 3 ਵਜੇ ਨਾਲੇ ਹੋ ਗਏ, ਭੁੱਖ ਵੀ ਬਹੁਤ ਲੱਗੀ ਆ ਅਤੇ ਮੈਂ ਸੋਚਦਾ ਕਿਤੇ ਢਾਬੇ 'ਤੇ ਰੋਕ ਕੇ ਖਾਇਆ ਜਾਵੇ। ਉਹ ਤੁਸੀਂ ਦੇਖੀ ਤਾਂ ਹੈਗੀ ਹੈ, ਮੈਂ ਤਾਂ ਜਿਨ੍ਹਾਂ ਨਹੀਂ ਦੇਖੀ ਨਾ ਉਹ ਵਲੋਗ, ਜੋ ਹਮਾਰੇ ਬਾਬਾ ਜੀ ਕਾ ਘਰ ਹੈ ਪੁਰਾਣੇ ਵਾਲਾ, ਜੋ ਚਾਈਲਡਹੁੱਡ, ਅਗਰ ਆਪਨੇ ਬਾਬਾ ਜੀ ਕੀ ਕੋਠੀ ਨਹੀਂ ਦੇਖੀ ਤੋ ਉਸਕਾ ਵਲੋਗ ਆਪਕੋ ਡਿਸਕ੍ਰਿਪਸ਼ਨ ਬਾਕਸ ਮੇਂ ਮਿਲ ਜਾਏਗਾ, ਮੈਂ ਲਿੰਕ ਪੇਸਟ ਕਰ ਦੂੰਗਾ ਦੋਸਤੋ। ਜਿਨ੍ਹਾਂ ਨੇ ਅਭੀ ਤੱਕ ਨਹੀਂ ਦੇਖਾ ਤੋ ਵੋ ਦੇਖ ਸਕਤਾ ਹੈ ਬਈ, ਮਾਹੌਲ ਹੀ ਬਣ ਜਾਏਗਾ ਕਿਉਂਕਿ ਉਹ ਅੱਛਾ, ਦੇਖਣੇ ਸੇ ਅੱਛਾ ਲੱਗਤਾ ਹੈ। ਤੋ ਠੀਕ ਹੈ ਜੀ, ਮਿਲਤੇ ਹੈ ਫਿਰ, ਆਜ ਫਿਰ ਰਹਿਣ ਦਿੱਤੇ ਹੈ ਜਾਣੇ ਕੋ ਮੋਗੇ, ਰਹਿਣ ਦਿੰਦੇ ਹਾਂ ਮੋਗੇ ਨੂੰ ਜਾਣ ਨੂੰ। ਉਸਮੇ ਸਤਸੰਗ ਘਰ ਵੀ ਮੈਨੇ ਦਿਖਾਇਆ ਹੈ, ਸਤਸੰਗ ਘਰ ਵੀ ਬਹੁਤ ਅੱਛਾ ਹੈ ਵਹਾਂ ਪੇ, ਬਾਰ ਬਾਰ ਸੇ ਦਿਖਾਇਆ। ਅੰਦਰ ਉਸਕੇ ਆਮ ਲੈ ਕੇ ਲਗੇ ਹੈ ਦਰਖਤ, ਬਹੁਤ ਅੱਛੇ ਲੱਗਤੇ ਹੈ ਉਹ ਵੀ। ਦੋਸਤੋ ਇੱਥੇ ਇੱਕ ਦੋ ਮੰਗਣ ਵਾਲੀਆਂ ਆਈਆਂ, ਮੈਂ ਉਹਨਾਂ ਨੂੰ ਕਿਹਾ ਮੈਂ ਤਾਂ ਆਪ ਭੁੱਖਾ ਭਰਾਵਾ, ਮੈਂ ਤਾਂ ਆਪ ਲੱਭ ਰਿਹਾ ਢਾਬਾ ਕੋਈ ਮਿਲ ਜੇ, ਸਵੇਰ ਦੀ ਰੋਟੀ ਨਹੀਂ ਖਾਧੀ, ਸ਼ੇਕ ਪੀਤਾ ਸੀ ਇੱਕ। ਕੁਛ ਦੋਸਤ ਕਹਤੇ ਹੈ ਕਿ ਵਲੋਗ ਔਰ ਬੜਾ ਬਣਾਇਆ ਕਰੋ, ਤੋ ਇਸ ਲਈ ਮੈਂ ਸੋਚਾਂ ਕੁਛ ਐਕਸਟਰਾ ਚੀਜ਼ਾਂ ਐਡ ਮੈਂ ਕਰ ਦੂੰ ਆਪਕੇ ਲਈ ਨਾ। ਬਾਤ ਤੋਂ ਉਨਕੀ ਵੀ ਸਹੀ ਹੈ, ਅਗਰ ਬਣਾਉਣੇ ਲੋਗੋ ਤੋ ਔਰ ਬੜਾ ਬਣਾ ਦਿਓ ਬਈ, ਹੈ ਨਾ। ਵਲੋਗ ਵਲੋਗਿੰਗ ਕਾ ਮਤਲਬ ਹੀ ਯਹੀ ਹੋਤਾ ਹੈ, ਲੋਕੇਸ਼ਨ ਵਲੋਗ।
अब ये कोई प्रोफेशनल डॉक्यूमेंट्री थोड़ी ना,